हाँ जी सत श्री अकाल जी, मैं डॉक्टर अमीर मनप्रीत सिंह। तो उम्मीद करता हूँ थोड़ा अज की वीडियो चंगी लगेगी। अज 20 अगस्त 2023 ऐतवार का दिन है। तो अज तुम पूरी जी दुबई बाई रोड आप घुमावे, ठीक है। तो वीडियो लाइक कर दिया करो, चैनल में सबसक्राइब कर दो मेरा वीर, तो शेयर भी कर दिया करो, चंगी लगती है। तो इस वक्त आप अपनी कंपनी के खड़े हैं जी। आप होटल दी डिलीवरियां जिहड़ियां आप करनियां ने, तो तुम वेख सकते आप स्टैंड भी लैंदा है जी। तुम पूरी दुबई अज घुमावे आप, पूरी आप जरा होटल से आ चुके हैं। इतों लवेंगे हम आप सवेरे सवेरे नाश्ता चाह पराठा खावे, उस तो बाद फिर तुम पूरी दुबई दिखावे। ये हैगा जी ऑफिस मॉल, यह है जी आटो डील, बहुत घेंट घेंट गड्डिया इतने वेख सकते तीन। हाँ जी कंपनी चो आप निकल आए हैं जी, वेख सकते सूरज चढ़िया आया वा। स्टैंड से आप मोबाइल ला देना वा, पूरी दुबई तुम जी घुमावे अच। शेखजाद रोड से आप आ चुके हैं, हम आप जावे JBR, तो उतों का जाके तुम जरा जाके व्यू चेक कराने जी। JBR के आ चुके आप, मरीना इन कहते आप दुबई मरीना। सामने जी वेख सकते मरीना मॉल जोड़ा वा साढ़े बिल्कुल सामने, ये है जी पूरा दुबई मरीना। आप जा रहे हैं जी कंस्ट्रक्शन के जैसे 5 होटल जोड़ा वा नवा बन रहा वा JBR के। जी जगह है जी JBR आ, काफ़ी लोग इतने घूमन आते हैं। अपना ज़्यादा काम बोलना नहीं है, अपना काम ज़्यादा तू जरा दुबई घुमाना ही है। दुबई का सारा जरा हर जगह का व्यू चेक करावे, जिते जिथे भी आप जावे। अच्छे बहुत दिन तो सोच रहा वीडियो बनावे एक, पर स्टैंड नहीं सी हैगा। तो तुहानू पता दुबई पुलिस फाइन बहुत दिंदी है जो फोन हाथ दे विच फड़िया होवे। तेल की टेंकी जी अपनी फुल आनू पूरी दुबई अच बाय रोड आप दिखावे। दोस्तों हम पहुँच चुके हैं जी अपना JBR के, जिते भी 5 होटल जोड़ा वा तुम वेख सकते 5 होटल जोड़ा बन रहा वा। तो ये नाल ही बिल्कुल जोड़ा वा रिक्सस प्रीमियम होटल आ JBR के, अजे काम चल रहा तुम वेख सकते जी। तो कुछ ही समय बच्चे जोड़ा वा अपना तैयार वेखा इन लेबर जी बेचारी सवेरे 6 बजे आ जी करके। हाँ जी आप जा रहे शेखजाद रोड जी बिजनेस पे, ठीक है बिजनेस पे दिखाने थोड़ा अपना जी। बिजनेस पे बिजनेस भाई नहीं बिजनेस पे बिजनेस पे। चेक कर रहे थे रोड अच खाली आ, संडे वाला दिन आ, ड्राइव करने का जरा वा पूरा मतलब जो इंजॉय आप कर सकते हैं।
ਜਿਹਨੂੰ ਆਪਾਂ ਕਹਿ ਦਿੰਦੇ ਫੁੱਲ ਮਜੇ ਖਾਲੀ ਰੋਡ ਗੱਡੀ ਚਲਾਉਣ ਦਾ ਜਿਹੜਾ ਵਾ ਉਹ ਵੀ ਆਪਾਂ ਪੂਰਾ ਨਜ਼ਾਰਾ ਆਉਂਦਾ ਹੈਗਾ ਜੀ ਓਮਨੀਅਤ ਬਿਲਡਿੰਗ ਬੁਗਾਟੀ ਜੀ ਬੁਗਾਟੀ ਬਿਲਡਿੰਗ ਬਣੇਗੀ ਇੱਥੇ ਕੀ ਵੇਖ ਸਕਦੇ ਇੱਥੇ ਆਪਾਂ ਆ ਚੁੱਕੇ ਹਾਂ ਜੀ ਬੀਨਸ ਬੇ ਦੇ ਵਿੱਚ ਡਾਊਨ ਟਾਊਨ ਏਰੀਆ ਵੀ ਪੈ ਜਾਂਦਾ ਜੀ ਹਾਂਜੀ ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਆਪਣੀ ਕੰਪਨੀ ਬਰਫ ਵਾਲੀ ਜੀ ਅਤੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਆਇਸ ਦੀ ਕੰਪਨੀ ਮੋਡਰਨਾਈਜ਼ ਫੈਕਟਰੀ ਨਹੀਂ ਵੇਖ ਸਕਦੇ ਪਿੱਛੇ ਇੱਥੇ ਤੁਹਾਨੂੰ ਹਰ ਪ੍ਰਕਾਰ ਦੀ ਜਿਹੜੀ ਆਈਸ ਮਿਲ ਜਾਵੇਗੀ ਠੀਕ ਹੈ ਜਮੇਰਾ ਗੋਫ ਸਟੇਟ ਆਪਾਂ ਆ ਚੁੱਕੇ ਹਾਂ ਅਤੇ ਬਹੁਤ ਹੀ ਵਧੀਆ ਵਿਊ ਹੈ ਇੱਥੇ ਕਿੰਨੀ ਵਧੀਆ ਜਗ੍ਹਾ ਤੁਸੀਂ ਵੇਖ ਸਕਦੇ ਜੇ ਮਤਲਬ ਤੁਸੀਂ ਕਿਸੇ ਵੀ ਟਾਈਮ ਆਓ ਤਾਂ ਇੱਥੇ ਰਸ਼ ਨਹੀਂ ਮਿਲੇਗਾ ਤੁਹਾਨੂੰ ਨਾ ਕੋਈ ਜ਼ਿਆਦਾ ਗੱਡੀਆਂ ਨਾ ਕੋਈ ਮਤਲਬ ਚੀਕ ਝਾੜਾ ਮਤਲਬ ਇੱਕਦਮ ਸ਼ਾਂਤ ਮਾਹੌਲ ਜਿਹੜਾ ਇੱਥੇ ਅਤੇ ਆਪਾਂ ਜਮੇਰਾ ਗੋਲਫ ਸਟੇਟ ਪਹੁੰਚ ਚੁੱਕੇ ਹਾਂ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਜਮੇਰਾ ਗੋਲਫ ਸਟੇਟ ਵੇਖ ਸਕਦੇ ਇਸ ਵਕਤ ਆਪਾਂ ਆਏ ਹਾਂ ਜੀ ਪਾਮ ਜਮੇਰਾ ਦੇ ਵਿੱਚ ਅਤੇ ਇੱਧਰ ਸਮੁੰਦਰ ਆ ਕੰਮ ਚੱਲ ਰਿਹਾ ਰੋਡ ਤੋਂ ਥੋੜ੍ਹਾ ਇਹ ਜੀ ਅਟਲਾਂਟਿਸ ਹੋਟਲ ਇਹ ਸੈਂਟ ਰਿਜਿਸ ਹੋਟਲ ਨਖੀਲ ਮਾਲ ਦੇ ਅੰਦਰ ਅਤੇ ਆਪਾਂ ਇਸ ਵਕਤ ਪਾਮ ਜਮੇਰਾ ਵਾਲੇ ਰੋਡ 'ਤੇ ਹਾਂ ਉਸ ਤੋਂ ਬਾਅਦ ਜਾਵਾਂਗੇ ਆਪਾਂ ਬਲੂ ਵਾਟਰ ਤੁਸੀਂ ਵੇਖ ਸਕਦੇ ਟ੍ਰੈਮ ਵੀ ਆਉਣ ਦੀ ਜਾ ਰਹੇ ਹਾਂ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਬਲੂ ਵਾਟਰ ਆਈਲੈਂਡ ਅਤੇ
ਵੇਖੋ ਤੁਸੀਂ ਕਿੱਡਾ ਵਧੀਆ ਇੱਥੋਂ ਵਿਊ ਆ, ਸਮੁੰਦਰ ਦੇਖ ਰਿਹਾ ਸਾਹਮਣੇ, ਬਲੂ ਵਾਟਰ ਜਿਹੜਾ ਆਈਲੈਂਡ ਪਹੁੰਚ ਚੁੱਕੇ ਹਾਂ। ਇਹ ਜੀ ਬਲੂ ਵਾਟਰ ਆਈਲੈਂਡ, ਅਤੇ ਸਾਹਮਣੇ ਹੈਗਾ ਜੀ ਆਪਣਾ ਝੂਲਾ ਜਿਹਨੂੰ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਅਤੇ ਬਹੁਤ ਹੀ ਉੱਚਾ ਆ। ਆਪਾਂ ਕਰ ਲਈਏ ਜੀ ਵਾਪਸੀ, ਇਹ ਆ ਐਡਰੈਸ ਹੋਟਲ। ਸੋਚਿਆ ਕਿ ਆਪਾਂ ਸ਼ੇਖ ਮੁਹੰਮਦ ਬਿਨ ਜ਼ਾਇਦ ਰੋਡ, ਇਹ ਹੈਗਾ ਜੀ ਦੁਬਈ ਕ੍ਰਿਕਟ ਸਟੇਡੀਅਮ। ਸੋਚਿਆ ਆਪਾਂ ਗਏ ਜੀ ਅਲਖੀਲ ਰੋਡ 'ਤੇ, ਐਸਲਸ ਹੋਟਲ। ਪਹੁੰਚ ਚੁੱਕੇ ਹਾਂ ਜੀ ਪਲਾਜੋ ਹੋਟਲ। ਹਾਂਜੀ ਆਪਾਂ ਜਦਾਬ ਤੋਂ ਵਾਪਸੀ ਕਰ ਲਈ ਆ, ਅਤੇ ਆਪਾਂ ਹੁਣ ਜਾ ਰਹੇ ਹਾਂ ਜੀ ਸ਼ੇਖ ਜ਼ਾਇਦ ਰੋਡ 'ਤੇ, ਅਤੇ ਨਾਲ ਹੀ ਤੁਹਾਨੂੰ ਆਪਾਂ ਬੁਰਜ ਖਲੀਫਾ ਦਿਖਾਉਂਦੇ ਹਾਂ। ਪਹੁੰਚ ਚੁੱਕੇ ਹਾਂ ਜੀ ਉੱਪਰ ਲੈਵਲ 'ਤੇ, ਵੀ ਵੇਖ ਸਕਦੇ ਹੋ ਦੁਬਈ ਮੋਲ। ਸ਼ੇਖ ਜ਼ਾਇਦ ਰੋਡ 'ਤੇ ਫਿਰ ਆ ਚੁੱਕੇ ਹਾਂ, ਤੁਸੀਂ ਵੇਖ ਸਕਦੇ ਜੀ ਬੁਰਜ ਖਲੀਫਾ ਜਿਹੜਾ ਵਾ। ਇਹ ਜਮੇਰਾ ਬੀਚ ਹੋਟਲ, ਦਿਖਾਉਂਦੇ ਹਾਂ ਜੀ ਬੁਰਜ ਅਰਬ। ਲੋ ਜੀ ਤੁਸੀਂ ਵੇਖ ਸਕਦੇ ਜੀ ਬੁਰਜ ਅਰਬ। ਹੁਣ ਆਪਾਂ ਇਹ ਮਦੀਨਾ ਜੀ ਮੇਰਾ ਆ ਜਾਂਦੇ ਆਪਾਂ। ਲਓ ਜੀ ਮਦੀਨਾ ਜੀ ਮੇਰਾ, ਹਾਂਜੀ ਸ਼ਾਮਾਂ ਪੈ ਚੁੱਕੀਆਂ ਵੇਖ ਸਕਦੇ ਤੁਸੀਂ, ਤੇਲ ਵੀ ਮੁੱਕਣ ਵਾਲਾ, ਪਰ ਸਾਡਾ ਕੰਮ ਨਹੀਂ ਮੁੱਕਾ। ਹਾਂਜੀ ਤੁਸੀਂ ਵੇਖ ਸਕਦੇ ਜੇ ਹਜੇ ਤੱਕ ਜਿਹੜਾ ਵਾ ਆਪਣਾ ਕੰਮ ਮੁੱਕਾ ਨਹੀਂ ਆ, ਠੀਕ ਆ, ਵਲੋਗ ਆਪਣਾ ਮੁੱਕ ਗਿਆ ਵਾ ਪਰ ਕੰਮ ਨਹੀਂ ਮੁੱਕਾ। ਤੇਲ ਵੀ ਸੁੱਕਣਾ ਮੁੱਕਣ ਵਾਲਾ ਹੀ ਹੋ ਗਿਆ, ਬਾਕੀ ਰਾਤ ਨੂੰ ਜਿਹੜਾ ਵਾ ਨਜ਼ਾਰਾ ਪੂਰਾ ਮਤਲਬ ਵੇਖਣ ਵਧੀਆ ਵਿਊ ਮਿਲਦਾ ਪੂਰੇ ਵੇਖਣ ਨੂੰ ਰਾਤ ਨੂੰ ਰੋਡ 'ਤੇ।